ਅੱਜ ਅਸੀਂ ਜੋ ਮੁਹਿੰਮ ਲੈ ਕੇ ਆਏ ਹਾਂ, ਪਿੰਡਾਂ ਵੀ ਵੇਖਿਆ ਵਾ, ਆਮ ਕਿਸਾਨਾਂ ਨੇ ਸਾਡੇ ਆਣ ਕੇ ਦਰਵਾਜ਼ੇ ਖੜਕਾਏ ਆ ਕਿ ਸਰਕਾਰ ਜਿਹੜੀ ਆ ਉਹ ਬਿਲਕੁਲ ਹੀ ਗੁੰਮਰਾਹ ਕਰ ਰਹੀ ਆ, ਰੌਲਾ ਪਾ ਰਹੀ ਆ ਕਿ ਕਰਜ਼ੇ ਮਾਫ਼ ਹੋ ਗਏ, ਕਰਜ਼ੇ ਮਾਫ਼ ਹੋ ਗਏ, ਜਦੋਂ ਕਿ 75% ਲੋਕ ਇਹੋ ਜਿਹੇ ਜਿਨ੍ਹਾਂ ਦੇ ਕਰਜ਼ਾ ਮਾਫ਼ ਨਹੀਂ ਹੋਇਆ, ਅਤੇ ਇਹੋ ਜਿਹਾ ਜੇ ਕਰਨਾ ਸਰਕਾਰ ਨੇ ਤਾਂ ਕੱਢਿਓ ਕਰੇ। ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਦਾ ਵੀ ਕਰਜ਼ਾ ਮਾਫ਼ ਕੀਤਾ ਜਾਵੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਸਰਕਾਰਾਂ ਕਰ ਰਹੀਆਂ ਨੇ, ਜਿੱਦਾਂ ਹੁਣ ਇੱਕ ਮੁਹਿੰਮ ਚਲਾ ਛੱਡੀ ਆ, ਸਾਰੇ ਪਿੰਡ 'ਚ 550 ਬੂਟਾ ਲੱਗੂਗਾ, ਹਰ ਬੰਦਾ ਬੜੇ ਉਤਸ਼ਾਹ ਨਾਲ ਬੂਟੇ ਲਾ ਰਿਹਾ ਵਾ, ਪਰ ਸੜਕਾਂ ਦੇ ਬੂਟੇ ਲਾਏ ਆ, ਸਾਂਝੀਆਂ ਥਾਵਾਂ ਦੇ ਬੂਟੇ ਲਾਏ ਆ, ਉਹਨਾਂ 'ਚ ਕੀ ਹੋ ਰਿਹਾ ਵਾ, ਗੁੱਜਰ ਬਰਾਦਰੀ ਸ਼ਰੇਆਮ ਡੰਗਰ ਖੜ ਕੇ ਅਤੇ ਉਹ ਸਾਰੇ ਬੂਟੇ ਜੇ ਤੋੜ ਰਹੇ ਆ। ਇਸ ਕਰਕੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਵੀ ਜੇ ਬੂਟੇ ਲਵਾਉਂਦੇ ਜੇ ਤਾਂ ਉਹਦੀ ਸੰਭਾਲ ਵੀ ਕਰਨੀ ਚਾਹੀਦੀ ਆ। ਬਾਕੀ ਸਾਡੀ ਦੁਨੀਆ ਨੂੰ ਇਹੋ ਹੀ ਆ ਕਿ ਕਰਜ਼ਾ ਮਾਫ਼ ਕਰਨ, ਅਤੇ ਇਸ ਕਰਕੇ ਕਿਸਾਨਾਂ ਦਾ ਕੋਈ ਨਾ ਕੋਈ ਜਿਹੜਾ ਵਾ ਉਹ ਫਾਇਦਾ ਹੋ ਜਾਵੇ। ਅਤੇ ਅਸੀਂ ਅੱਜ ਪੰਜਾਬ ਦੀ ਕਿਸਾਨ ਜਥੇਬੰਦੀ ਕ੍ਰਾਂਤੀ ਕਰੀ ਵੱਲੋਂ ਜਿਹੜਾ ਕਾਲ ਕੀਤੀ ਗਈ ਹੈ ਕਿ ਸਾਰੇ ਪੰਜਾਬ ਦੇ 12,784 ਪਿੰਡਾਂ 'ਚ ਜਾ ਕੇ ਫਾਰਮ ਜਿਹੜੇ ਆ ਲੋਕਾਂ ਦੇ ਭਰਾਏ ਜਾਣ, ਘਰੋਂ ਘਰ ਪੁੱਛਿਆ ਜਾਵੇ, ਤਾਂ ਲਗਾਤਾਰ ਪਿਛਲੇ ਸਮੇਂ ਦਾ ਮੁਹਿੰਮ ਚਲਾਈ ਹੈ ਸਪੀਕਰਾਂ ਰਾਹੀਂ, ਅਤੇ ਵੱਡਾ ਪੱਧਰ ਦਾ ਜਿਹੜਾ ਪੰਜਾਬ ਸਰਕਾਰ ਦਾ ਪਖੰਡ ਆ ਉਹ ਨੰਗਾ ਹੋਇਆ। 50% ਤੋਂ ਲੋਕਾਂ ਤੋਂ ਵੱਧ ਹੈ ਜਿਹੜੇ 2 ਕਿੱਲੇ ਵਾਲੇ ਵੀ ਮਾਫ਼ ਕਰਨ ਵਾਲੇ ਪੈਸੇ ਜੇ ਹੈਗੇ ਆ, 2 ਕਿੱਲੇ ਵਾਲੇ ਵੀ 2 ਲੱਖ ਮਾਫ਼ ਨਹੀਂ ਕੀਤੇ, ਜਿਹੜੇ ਬਾਕੀ ਆ ਜੇ ਉਹਨਾਂ 5 ਲੱਖ ਦਾ ਕੀਤਾ ਸੀ, 5 ਕਿੱਲਿਆਂ ਦਾ ਕੀਤਾ ਸੀ ਕਿ 2 ਲੱਖ ਕਰ ਦਾਂਗੇ, ਉਹ ਵੀ ਨਹੀਂ ਕੀਤਾ। ਅਤੇ ਅੱਜ ਅਸੀਂ ਸਾਰੇ ਪੰਜਾਬ ਦੇ ਐਸਟੀਮੇਟ 'ਚ ਉਹ ਲਿਖਤੀ ਫਾਰਮ ਲੈ ਕੇ ਆਏ ਹਾਂ, ਲੋਕ ਲੈ ਕੇ ਆਏ ਨੇ, ਆਪ ਲੈ ਕੇ ਆਏ ਨੇ, ਕਿ ਅਸੀਂ ਇਹ ਪੰਜਾਬ ਸਰਕਾਰ ਦੇ ਫੁੱਲ ਐਸਟੀਮੇਟ ਨੂੰ ਮਤਲਬ ਮੰਗ ਪੱਤਰ ਦੇ ਕੇ ਇਹ ਫਾਰਮ ਦੇ ਕੇ ਮੰਗ ਕਰਦੇ ਹਾਂ ਕਿ ਉਹ ਸਾਡੇ ਮਤਲਬ ਕਿਸਾਨਾਂ ਦੇ ਇਹ ਕਰਜ਼ੇ ਮਾਫ਼ ਕੀਤੇ ਜਾਣ, ਅਤੇ ਨਾਲ ਹੀ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਜਿਹੜੇ ਆਉਣ ਵਾਲੇ ਸਮੇਂ 'ਚ ਸਾਡਾ ਝੋਨਾ ਪੱਕਣ ਜਾ ਰਿਹਾ, ਜਿਹੜੀ ਪਰਾਲੀ ਹੈ ਉਹਦਾ ਕੋਈ ਹੱਲ ਕੀਤਾ ਜਾਵੇ, ਨਹੀਂ ਤਾਂ ਸਾਨੂੰ ਮਜ਼ਬੂਰ ਹੋ ਕੇ ਖੇਤਾਂ 'ਚ ਸਾੜਨੀ ਪਊਗੀ। ਇਹ ਇਸ ਕਰਕੇ ਜਿਹੜੀ ਹਾਲਤ ਹੈ, ਜਿਹੜੀ ਨਸ਼ਿਆਂ ਦੀ ਹਾਲਤ ਹੈ, ਉਹ ਜਥੇਬੰਦੀ ਇੱਥੇ ਵੀ ਮਤਲਬ ਜਿਹੜੀ ਬਹੁਤ ਚਕੰਨੀ ਹੋ ਕੇ ਪਹਿਰਾ ਦੇ ਰਹੀ ਹੈ, ਅਤੇ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਪਖੰਡ ਕਰ ਰਹੀ ਹੈ ਕਿ ਨਸ਼ਾ 2 ਦਿਨਾਂ 'ਚ ਹਫ਼ਤੇ 'ਚ ਖਤਮ ਕੀਤਾ ਜਾਏਗਾ, ਅਸੀਂ ਸਮਝਦੇ ਹਾਂ ਗਲਤ ਹੈ। ਅਤੇ ਸਰ ਕਹਿ ਕੇ ਅੱਜ ਕੁੱਲ ਪੰਜਾਬ ਦੇ ਅਸਤੀਮ ਖੜੀ ਅਸੀਂ ਇਹ ਧਰਨਾ ਲੈ ਕੇ ਆਏ। ਅੱਜ ਤੇ ਸਾਡੇ ਸੈਕਟਰੀ ਸਿੰਘ ਪਟਿਆਲਾ ਦੇ ਵਿੱਚ ਕਿਸਾਨਾਂ ਵੱਲੋਂ ਇੱਕ ਧਰਨਾ ਲਗਾਇਆ ਸੀਗਾ, ਜਿਹਦਾ ਉਹਨਾਂ ਨੇ ਮੰਗ ਪੱਤਰ ਸਾਨੂੰ ਦਿੱਤਾ ਹੈ, ਅਸੀਂ ਉਹਨਾਂ ਦੇ ਕੋਲੋਂ ਰਿਸੀਵ ਕਰ ਲਿਆ। ਉਹਦੇ ਵਿੱਚ ਉਹਨਾਂ ਨੇ ਜਿਹੜੇ ਕਰਜ਼ਾ ਮਾਫ਼ੀ ਦਾ ਮੇਨ ਮੁੱਦਾ ਚੱਲ ਰਿਹਾ ਕਿ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ, ਉਹਦੇ ਨਾਲ ਸੰਬੰਧਿਤ ਉਹਨਾਂ ਦੀ ਮੇਨ ਮੰਗ ਹੈਗੀ ਆ, ਅਤੇ ਉਹ ਜਿਹੜਾ ਹੈਗਾ ਮੰਗ ਪੱਤਰ ਹੈ ਅਸੀਂ ਲੈ ਲਿਆ, ਅਤੇ ਉਹ ਡੀ ਸੀ ਸਾਹਿਬ ਨੂੰ ਪਹੁੰਚਾ ਦਿੱਤਾ ਜਾਏਗਾ ਤਾਂ ਕਿ ਉਹ ਸਰਕਾਰ ਤੱਕ ਪਹੁੰਚ ਸਕੇ।